ਦੇਸ ਯਾਦ ਆਉਂਦਾ, ਬੜਾ ਦਿਲ ਕਰਦਾ ਜਾਣ ਨੂੰ, ਦਿਲ ਕਰਦਾ ਵੀ ਆ ਤੇ ਹੁਣ ਤਾਂ ਜਾਣ ਜੋਗੇ ਨਹੀਂ ਰਹਿ ਗਏ। ਨਹੀਂ ਜੇ ਜਾਣਾ ਕੋ ਮੌਕਾ ਮਿਲ ਜਾਵੇ ਜਾਣ ਨੂੰ, ਜਾਣ ਦਾ ਫਿਰ ਪਛਾਣ ਲਓਗੇ ਆਪਣਾ ਘਰ? ਔਖਾ ਔਖਾ ਹੋ ਗਿਆ, ਬਹੁਤ ਔਖਾ। ਅਸਲਾਮ ਅਲੈਕੁਮ ਨਾਜ਼ਰੀਨ, ਅਸੀਂ ਮੌਜੂਦ ਹਾਂ 5912 ਐਲ ਦੇ ਵਿੱਚ। ਬਜ਼ੁਰਗ ਇੱਕ ਸਾਨੂੰ ਇੱਥੇ ਮਿਲੇ ਨੇ, ਫਿਰੋਜ਼ਪੁਰ 'ਚੋਂ ਆਏ ਆ। ਅਸੀਂ ਇਹਨਾਂ ਕੋਲੋਂ ਸਾਰੀ ਹਿਸਟਰੀ ਲੈਂਦੇ ਹਾਂ। ਅਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ ਜੀ। ਬਾਬਾ ਜੀ ਕੀ ਨਾਮ ਤੁਹਾਡਾ? ਮੇਰਾ ਨਾਮ ਗੁਲਾਮ ਕਾਦਰ ਜੀ। ਤੁਹਾਡੇ ਬਾਪ ਦਾ ਕੀ ਨਾਮ ਹੈ ਜੀ? ਗੁਲਾਮ ਨਬੀ। ਗੁਲਾਮ ਨਬੀ ਜੀ। ਅੱਛਾ ਜੀ, ਕਿੰਨੀ ਉਮਰ ਸੀ ਜਦੋਂ ਹਿੰਦੁਸਤਾਨ 'ਚੋਂ ਆਏ ਤੁਸੀਂ? 18 ਸਾਲਾਂ ਦਾ ਹੋਊਗਾ। ਕਿਹੜੇ ਜ਼ਿਲ੍ਹੇ 'ਚੋਂ ਆਏ? ਫਿਰੋਜ਼ਪੁਰ 'ਚ। ਤਹਿਸੀਲ? ਜੀਰਾ। ਪਿੰਡ ਜੀ? ਕੈਲਾ। ਕੈਲਾ? ਕੈਲਾ। ਕੈਰਾ ਕੈਲਾ? ਕੈਲਾ ਕੈਲਾ ਕੈਲਾ। ਅੱਛਾ ਅੱਛਾ ਜੀ, ਅਤੇ ਉਹਦੇ ਨੇੜੇ ਨੇੜੇ ਪਿੰਡ ਕਿਹੜੇ ਸੀ? ਪੰਡੂਰੀ, ਧਰਮਕੋਟ ਸ਼ਹਿਰ, ਫਿਰ ਨੂਰਪੁਰਾ, ਸ਼ੇਰਪੁਰਾ। ਅੱਛਾ, ਇਹ ਜਿਹੜਾ ਤੁਹਾਡਾ ਪਿੰਡ ਸੀਗਾ ਇਹ ਸਾਰਾ ਮੁਸਲਮਾਨਾਂ ਦਾ ਸੀ? ਵਿੱਚ ਮਜ਼ਬੀ ਵੀ ਹੈਗੇ ਸੀਗੇ ਅਤੇ ਚੂੜੇ ਵੀ ਹੈਗੇ ਸੀਗੇ। ਅੱਛਾ ਜੀ। ਹਾਂ, ਅਤੇ ਜਿਹੜੇ ਆਲੇ ਦੁਆਲੇ ਪਿੰਡ ਸੀਗੇ ਉਹ ਸਿੱਖਾਂ ਦੇ ਸੀ ਕਿ ਮੁਸਲਮਾਨਾਂ ਦੇ ਸੀ ਸਾਰੇ? ਨਹੀਂ, ਮੁਸਲਮਾਨਾਂ ਦੇ। ਸਿੱਖਾਂ ਦਾ ਪਿੰਡ ਕੋਈ ਨਹੀਂ ਸੀ ਨੇੜੇ? ਸਾਡੇ ਇੱਥੇ ਉਦਾਲੇ ਸਿੱਖਾਂ ਦਾ ਕੋਈ ਨਹੀਂ ਸੀਗਾ। ਅੱਛਾ ਅੱਛਾ ਅਤੇ ਸਕੂਲ ਸਕਾਲ ਜਾਂਦੇ ਸੀ ਉੱਥੇ? ਹਾਂ, ਸਕੂਲ ਜਾਂਦੇ ਸੀਗੇ। ਕਿੰਨੀਆਂ ਕਲਾਸਾਂ ਪੜ੍ਹੇ? ਮੈਂ ਤਾਂ ਕੋਈ ਨਹੀਂ ਪੜ੍ਹਿਆ। ਅੱਛਾ, ਪੜ੍ਹੇ ਨਹੀਂ। ਕਿੰਨੇ ਭਾਈ ਤੁਸੀਂ? 4 ਭਾਈ। ਸਾਰਿਆਂ ਨਾਲ ਛੋਟੇ ਤੋਂ ਵੱਡੇ ਸੀ ਤੁਸੀਂ? ਅਸੀਂ ਇੱਕ ਤੋਂ ਛੋਟਾ, ਮੈਂ ਦੂਜਾ ਵੱਡਾ। ਅੱਛਾ, 1947 ਦੇ ਵਿੱਚ ਜਦੋਂ ਬਟਵਾਰੇ ਦਾ ਐਲਾਨ ਹੋਇਆ ਕਿੱਦਾਂ ਪਤਾ ਲੱਗਿਆ ਤੁਹਾਨੂੰ ਇਹਦਾ? ਪਹਿਲੋਂ ਐਲਾਨ ਹੋਇਆ ਸੀ, ਇੱਕ ਹੁੰਦਾ ਸੀਗਾ ਮੈਨੂੰ ਨਾਮ ਭੁੱਲਾ, ਉੱਥੇ ਗਏ ਅਸੀਂ 8-10 ਦਿਨ ਕਿ 15 ਦਿਨ ਰਹੇ ਹਾਂ। ਪਹਿਲੋਂ ਜੋ ਹਲੋ ਗੁੱਲਾ ਪਿਆ ਨਾ, ਹਾਂਜੀ ਹਾਂਜੀ, ਕਿ ਉਦੋਂ ਉੱਥੇ ਗਏ ਹਾਂ, 15 ਦਿਨ ਰਹੇ ਹਾਂ। ਅੱਛਾ ਜੀ। ਉਦੋਂ ਬਾਅਦ ਫਿਰ ਹਟ ਕੇ ਅਮਨ ਹੋ ਗਿਆ, ਫਿਰ ਹਟ ਕੇ ਪਿਛਾਂ ਆ ਗਏ। ਅੱਛਾ, ਵਾਪਸ ਉੱਥੇ ਪਿੰਡ ਆ ਗਏ? ਪਿੰਡ ਆ ਗਏ ਹਾਂ। ਫਿਰ 6-7 ਦਿਨ ਫਿਰ ਇਹੋ ਰੌਲਾ ਹੱਲਾ ਗੁੱਲਾ, ਫਿਰ ਉੱਥੋਂ ਤੁਰ ਪਏ ਹਾਂ। ਹੱਲਾ ਗੁੱਲਾ ਜਿਹੜੇ ਲੋਕ ਕਰਦੇ ਸੀ ਉਹ ਬਾਹਰੋਂ ਆਉਂਦੇ ਸੀ? ਜਿਹੜੇ ਹਮਲਾ ਕਰਦੇ ਸੀ ਹੱਲਾ ਗੁੱਲਾ ਸਿੱਖ ਆਉਂਦੇ ਸੀਗੇ। ਅੱਛਾ, ਹੋਰਾਂ ਪਿੰਡਾਂ ਦੇ ਆਉਂਦੇ ਸੀ? ਹਾਂ, ਹੋਰਨਾਂ ਪਿੰਡਾਂ ਦੇ। ਅਤੇ ਪਿੰਡ 'ਚ ਮਸਲਾਂ, ਪਿੰਡ 'ਚੋਂ ਨਿਕਲੇ ਕਿਸ ਟਾਈਮ ਤੁਸੀਂ ਜਦੋਂ ਮਸਲਾਂ ਇੱਧਰ ਨੂੰ ਪਾਕਿਸਤਾਨ ਨੂੰ ਆਏ ਆ? ਪਿੰਡ 'ਚੋਂ ਨਿਕਲੇ ਅਸੀਂ ਸਮਝਦਾ ਤੂੰ ਸਵੇਰ ਨੂੰ ਨਿਕਲੇ ਹਾਂ। ਸਾਰਾ ਪਿੰਡ ਇਕੱਠੇ? ਹਾਂ, ਸਾਰਾ ਪਿੰਡ ਇਕੱਠਾ ਜੀ। ਅੱਛਾ, ਇਹ ਕਿਹੜੀ ਕਾਫਲਾ ਜੀ? ਅਤੇ ਫਿਰ ਅੱਗੇ ਕਿੱਥੇ ਰੁਕੇ ਆ ਕੇ? ਅੱਗੇ ਰੁਕੇ ਆ ਕੇ ਮਖੂ। ਮਖੂ? ਹਾਂ। ਉੱਥੇ ਕੈਂਪ ਲੱਗਿਆ ਸੀ? ਕੈਂਪ ਲੱਗਾ ਸੀਗਾ, ਉੱਥੇ ਬੈਠੇ ਰਹੇ। ਕਿੰਨੇ ਦਿਨ ਬੈਠੇ ਰਹੇ ਉੱਥੇ? ਕਮ ਤੋਂ ਕਮ ਤਾਂ 10 ਦਿਨ ਬੈਠੇ ਰਹੇ ਹਾਂ। ਉੱਥੇ ਕੈਂਪ 'ਤੇ ਤਾਂ ਨਹੀਂ ਹਮਲਾ ਹੋਇਆ? ਨਹੀਂ, ਕੈਂਪ 'ਤੇ ਨਹੀਂ ਹਮਲਾ ਹੋਇਆ। ਆਏ ਸੀ ਐਵੇਂ ਰੁਜਵਾ ਸੀਗਾ ਅਤੇ ਉੱਥੋਂ ਉਹ ਸਿੱਖਾਂ ਨੇ ਤੁਹਾਨੂੰ ਪਾਰ ਲੰਘਾਉਂਦੇ ਆ, 5-6 ਬੰਦੇ ਲੰਘਾਉਂਦੇ ਸੀਗੇ, ਉਹਨਾਂ ਵੱਢ ਦਿੰਦੇ, 5-6 ਲੰਘਾਉਂਦੇ ਸੀ, ਉਹਨਾਂ ਨੂੰ ਵੱਢ ਦਿੰਦੇ ਸੀਗੇ ਉੱਥੋਂ ਰਜਵਾਏ ਤੋਂ ਲੰਘਾ ਕੇ। ਹਾਂ, ਅਗਲੇ ਬੰਦੇ ਜੋ ਜਾਂਦੇ ਸੀ ਉਹਨਾਂ ਮਾਰਦੇ। ਹਾਂ, ਦੋ ਪਾਸੇ ਚੱਲ ਬਹੁਤ ਖੜਾ ਸੀਗਾ ਸਿੱਖਾਂ ਦਾ। ਨਹੀਂ ਨਹੀਂ, ਚੱਲ ਚੱਲ ਸਰ। ਅੱਛਾ 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 ਅੱਛਾ, ਕਾਨੇ ਕਾਨੇ। ਹਾਂ, ਅਤੇ ਫਿਰ ਜਦੋਂ ਸਾਨੂੰ ਪਤਾ ਲੱਗਾ ਸੀ ਫਿਰ ਪਿਛਾਂ ਹਟ ਕੇ ਬਹਿ ਗਏ। ਅੱਛਾ, ਫਿਰ ਕੈਂਪ ਹੀ 10 ਦਿਨ ਬੈਠੇ ਰਹੇ? ਹਾਂ, ਬੈਠੇ ਰਹੇ। ਫਿਰ ਸਭ ਕੁਛ ਸੀਗਾ ਇੱਕ ਕੋਟ ਦਾ। ਅੱਛਾ ਜੀ। ਸਾਡੀ ਬਿਹਾਰੀ ਦੇ ਬੰਦਾ ਰਾਈ ਰਾਈ, ਉਹ ਫਿਰ ਮਿੱਟ ਜੀ ਲਗਿਆ ਇੱਧਰੋਂ ਪਾਕਿਸਤਾਨ 'ਚੋਂ। ਹਾਂ, ਪਾਕਿਸਤਾਨ 'ਚੋਂ ਉਦੋਂ ਫਿਰ ਕਾਫਲਾ ਤੋੜਿਆ, ਫਿਰ ਜੀ ਸਾਡਾ ਨੁਕਸਾਨ ਹੋਇਆ ਉੱਥੇ ਜਿਹੜਾ ਪਹਿਲੋਂ ਪਹਿਲੋਂ ਹੋਇਆ। ਅੱਛਾ, ਉੱਥੇ ਹੀ ਹੋਇਆ ਜਿਹੜਾ ਹੋਇਆ? ਉਹਦਾ ਕੋਈ ਕਾਫਲੇ ਦਾ ਬੰਦਾ ਕਤਲ ਕੁਤਲ ਤਾਂ ਨਹੀਂ ਹੋਇਆ ਉੱਥੇ?
नगर लगे हैं ते समझो शाम पे गया इन्हें काफला हैंडा काफला से फिर पाकिस्तान आए आ फिर उसे बेचे रहे हथियारी सी का जिसे को रफल जो भी उसे सटा ली अच्छा जिसे को गुड़ासी सी टकुआ सी हार शाय खादी छोटी भी जेडी उसे सटा ली जो है नंगे हैं नहीं वो मिलिट्री ने स्टा यूना दीने या सिखा ने स्टा ली ਦੋਵੇਂ ਖੜੀਆਂ ਸੀ ਉਧਰ ਵੀ ਉਹਨਾਂ ਦੀ ਖੜੀ ਸੀ ਇਹਦੀ ਵੀ ਖੜੀ ਸੀਗੀ ਉਹਨਾਂ ਦੇ ਸਟਾਈ ਜਾਂਦੇ ਸੀਗੇ ਜਿਹੜੇ ਇੰਡੀਆ ਵਾਲੀ ਮਿਲਟਰੀ ਸੀ ਆਹੋ ਫਿਰ ਉਸ ਤੋਂ ਆ ਕੇ ਸਮਾਨ ਤੁਹਾਨੂੰ ਲੰਘਾਈ ਗਏਗਾ ਹਾਂ ਪਾਕਿਸਤਾਨ ਕਿਹੜੀ ਜਗ੍ਹਾ ਤੇ ਆਏ ਪਹਿਲਾਂ ਪਾਕਿਸਤਾਨ ਐਸੀ ਜਗ੍ਹਾ ਤੇ ਆਏ ਹੈਗੇ ਆ ਵੀ ਕੀ ਨਾਮ ਹੈ ਕਸੂਰ ਆਹੋ ਕਸੂਰ ਪਰ ਕਸੂਰ ਅਸੀਂ 8-7 ਦਿਨ ਬੈਠੇ ਰਹੇ ਨਾ ਅੱਛਾ ਜੀ ਕਸੂਰ ਫਿਰ ਆਏ ਕਾੜੇ ਅੱਛਾ ਕਾੜੇ ਆ ਗਏ ਆ ਕਾੜੇ ਅਸੀਂ ਕੋਈ 15-20 ਦਿਨ ਬੈਠੇ ਰਹੇ ਹਾਂ ਉਸ ਤੋਂ ਬਾਅਦ ਫਿਰ ਇੱਥੇ ਆਏ ਹਾਂ ਅੱਛਾ ਜਿਹੜਾ ਤੁਹਾਡਾ ਪਿੰਡ ਸੀ ਸਾਰਾ ਇੱਥੇ ਆ ਗਿਆ ਪਹਿਲੋ ਕਈ ਥਾਈਆਂ ਪਿੰਡ ਸਾਰਾ ਕਿ 4 ਘਰ ਆਏ ਆ ਅੱਛਾ ਜੇ ਬਾਕੀ ਖਿਲਰ ਗਏ ਆ ਬਾ ਬਾ ਪੋਤਾ ਵਾ ਮੋੜ ਤਾਂ ਚੌਕ ਰਹਿੰਦਾ ਹੀ ਆ ਆ ਚਾਰਾ ਕਰਾਉਂਦੇ ਉਹਦਾ ਦੇਸ ਯਾਦ ਆਉਂਦਾ ਹਾਂਜੀ ਦੇਸ ਯਾਦ ਆਉਂਦਾ ਬੜਾ ਹੈ ਕਾ ਦਿਲ ਕਰਦਾ ਜਾਣ ਨੂੰ ਦਿਲ ਕਰਦਾ ਵੀ ਆ ਤੇ ਹੁਣ ਤਾਂ ਜਾਣ ਜੋਗੇ ਨਹੀਂ ਰਹਿ ਗਏ ਨਹੀਂ ਜੇ ਜਾਣਾ ਕੋ ਮੌਕਾ ਮਿਲ ਜਵੇ ਜਾਣ ਨੂੰ ਜਾਣ ਦਾ ਫੇਰ ਪਛਾਣ ਲਓਗੇ ਆਪਣਾ ਘਰ ਔਖਾ ਔਖਾ ਹੋ ਗਿਆ ਬਹੁਤ ਔਖਾ ਹੁਣ ਜੇ ਕੰਮ ਨਹੀਂ ਕਰਦਾ 18 ਸਾਲ ਦੇ ਸੀਗੇ ਜਦੋਂ ਤੁਸੀਂ ਆਏ ਆ ਤੇ ਉੱਥੇ ਕੋਈ ਕੰਮ ਸ਼ਮ ਕਰਦੇ ਸੀ ਕੰਮ ਜ਼ਿਮੀਦਾਰਾ ਕਰਦੇ ਸੀ ਹੋਰ ਕਰਨਾ ਅੱਛਾ ਜ਼ਿਮੀਦਾਰਾ ਸਾਡੇ ਵਾਦ ਸਾਹਿਬ ਨੂੰ ਜ਼ਿਮੀਦਾਰਾ ਨਹੀਂ ਕੀਤਾ ਇੱਕ ਮੈਠੋ ਵਾਦਾ ਦੇ ਸੀ ਦੋਵੇਂ ਜ਼ਿਮੀਦਾਰਾ ਕਰਦੇ ਸੀ ਦੋਨੇ ਭਰਾ ਜ਼ਿਮੀਦਾਰਾ ਕਰਦੇ ਸੀ